ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਦਾਣਾ ਮੰਡੀ ਕੁਰਾਲੀ ਦੇ ਵਿੱਚ ਖੜ੍ਹੇ ਹਾਂ ਅਸੀਂ, ਜਿੱਥੇ ਕਿ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਜੋ ਛੋਟੇ ਛੋਟੇ ਬੱਚੇ ਨੇ, ਇਹਨਾਂ ਦੇ ਵੱਲੋਂ ਇਹ ਇੱਕ ਠੰਡੇ ਮਿੱਠੇ ਜਲ ਦੀ ਆਉਂਦੇ ਜਾਂਦੇ ਰਾਹਗੀਰਾਂ ਦੇ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ ਅਤੇ ਨਾਲ ਹੀ ਗੋਲ ਗੱਪਿਆਂ ਦਾ ਲੰਗਰ ਵੀ ਲਗਾਇਆ ਗਿਆ ਹੈ। ਸੋ ਇਹ ਛੋਟੇ ਛੋਟੇ ਬੱਚਿਆਂ ਦਾ ਬਹੁਤ ਵੱਡਾ ਉਪਰਾਲਾ ਹੈ। ਸੋ ਇਹਨਾਂ ਦੇ ਨਾਲ ਇਹਨਾਂ ਨੂੰ ਦੇਖ ਕੇ ਵੱਡੇ ਵੀ ਇਹਨਾਂ ਦੇ ਨਾਲ ਹੈਲਪ ਕਰਨ ਦੇ ਲਈ ਲੱਗੇ ਹੋਏ ਨੇ ਅਤੇ ਜੋ ਯੁਵਰਾਜ ਬਲਦੀ ਜੀ ਨੇ, ਸੋ ਉਹਨਾਂ ਨੇ ਇਹ ਮੁੱਦਾ ਚੱਕਿਆ ਹੋਇਆ ਹੈ ਅਤੇ ਬਾਕੀ ਬੱਚੇ ਉਹਨਾਂ ਦੇ ਨਾਲ ਲੱਗੇ ਹੋਏ ਨੇ। ਸੋ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਤੁਹਾਨੂੰ ਇਸ ਛਬੀਲ ਦੀਆਂ ਸਾਰੀਆਂ ਝਲਕੀਆਂ ਵੀ ਦਿਖਾਉਂਦੇ ਹਾਂ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਜੀ ਮਨਿੰਦਰ ਸ਼ਰਮਾ ਜੀ। ਜੀ, ਸੋ ਇਹ ਅੱਜ ਦਾਣਾ ਮੰਡੀ ਦੇ ਵਿੱਚ ਮਤਲਬ ਕਿ ਛਬੀਲ ਲਾਈ, ਛੋਟੇ ਛੋਟੇ ਬੱਚਿਆਂ ਨੇ ਛਬੀਲ ਲਾਈ, ਬਹੁਤ ਵਧੀਆ। ਸੋ ਕਿਵੇਂ ਲੱਗਦਾ ਤੁਹਾਨੂੰ? ਇਹ ਬਹੁਤ ਵਧੀਆ ਗੱਲ ਆਈ, ਬਹੁਤ ਵਧੀਆ ਉਪਰਾਲਾ ਹੈ ਜੀ ਇਹ। ਇਹ ਜਿਸ ਤਰ੍ਹਾਂ ਹੁਣ ਬਹੁਤ ਵਧੀਆ ਗਰਮੀ ਵੱਧ ਰਹੀ ਹੈ, ਹਾਂਜੀ, ਗਰਮੀ ਵਧਣ ਦੇ ਕਾਰਨ ਪਿਆਸ ਵੀ ਲੱਗਦੀ ਹੈ, ਆਉਂਦੇ ਜਾਂਦੇ ਜਿਹੜੇ ਰਾਹਗੀਰ ਹੈ ਉਹ ਪਾਣੀ ਪੀਊਂਗੇ, ਤਾਂ ਬਹੁਤ ਵਧੀਆ ਉਪਰਾਲਾ ਹੈ, ਬਹੁਤ ਚੰਗਾ, ਮਤਲਬ ਬਹੁਤ ਵਧੀਆ ਲੱਗਿਆ ਵੀ ਪਾਣੀ ਛਬੀਲ ਲਗਾ ਰਹੇ ਜੀ। ਧੰਨਵਾਦ, ਓਕੇ ਜੀ, ਥੈਂਕ ਯੂ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਜਸਵਿੰਦਰ ਸਿੰਘ ਜੀ। ਕਿੱਥੋਂ ਆਏ ਤੁਸੀਂ? ਬਡਾਲੀ ਤੋਂ ਜੀ। ਇਹ ਅੱਜ ਮੰਡੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਦੇਖੋ ਛਬੀਲ ਲਗਾਈ ਹੋਈ ਹੈ। ਸੋ ਕਿਸ ਤਰ੍ਹਾਂ ਦਾ ਉਪਰਾਲਾ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ, ਧੰਨ ਗੁਰੂ ਰਾਮਦਾਸ ਚੜ੍ਹਦੀ ਕਲਾ 'ਚ ਰੱਖੇ ਪਾਣੀ ਪਿਲਾਉਣ ਵਾਲਿਆਂ ਨੂੰ। ਗਰਮੀ ਦੀ ਬਹੁਤ ਕਹਿਰ ਮਚਿਆ ਹੋਇਆ, ਬਹੁਤ ਜ਼ਿਆਦਾ ਬੁਰਾ ਹਾਲ ਹੈ। ਇਹ ਪਾਣੀ ਪੀਣ ਨਾਲ ਠੰਡੇ ਨਾਲ ਥੋੜ੍ਹੀ ਰਾਹਤ ਆਉਂਦੀ ਹੈ। ਹਾਂਜੀ ਹਾਂ, ਬਾਕੀ ਸਾਡੇ ਗੁਰੂਆਂ ਦੀ ਹੈਗੀ ਹੈ ਛਬੀਲਾਂ ਦਾ, ਤਾਂ ਸਾਡੇ ਪੰਜਾਬ 'ਚ ਲੰਗਰਾਂ ਦਾ ਅੰਤ ਕੋਈ ਨਹੀਂ, ਅੰਤ ਨਹੀਂ ਹੈ, ਬਹੁਤ ਭਲਾ ਕਰ ਰਹੇ ਹਾਂ। ਓਕੇ, ਇਹ ਧਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਸਾਰਿਆਂ ਦੀਆਂ ਇਹ ਚੱਲਦੀਆਂ ਛਬੀਲਾਂ ਨੂੰ ਦਿਖਾ ਰਹੇ ਗਰਮੀਆਂ 'ਚ, ਤਾਂ ਹੀ ਜ਼ਿਆਦਾ ਉਪਰਾਲਾ ਹੋ ਰਿਹਾ ਹੈ।
ਧੰਨਵਾਦ ਜੀ। ਕਾਂਤਾ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਗਰਮੀ ਨੂੰ ਦੇਖਦੇ ਹੋਏ। ਹਾਂਜੀ ਹਾਂਜੀ, ਗਰਮੀ ਨੂੰ ਦੇਖਦੇ ਹੋਏ ਇਹ ਦੇਖੋ ਛੋਟੇ ਛੋਟੇ ਬੱਚਿਆਂ ਨੇ ਜੋ ਇਹ ਉਪਰਾਲਾ ਕੀਤਾ ਅਤੇ ਤੁਹਾਨੂੰ ਵੱਡਿਆਂ ਨੂੰ ਵੀ ਮਤਲਬ ਕਿ ਨਾਲ ਲੱਗਣਾ ਪੈ ਗਿਆ। ਹਾਂਜੀ, ਇਹ ਛੋਟੇ ਛੋਟੇ ਬੱਚਿਆਂ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ, ਪਿਛਲੇ ਸਾਲ ਵੀ ਕੀਤਾ ਸੀਗਾ ਸਾਰੇ ਚੌਂਕ ਦੇ ਸਹਿਯੋਗ ਦੇ ਨਾਲ। ਪਿਛਲੇ ਸਾਲ ਥੋੜ੍ਹਾ ਹਲਵਾ ਵੀ ਬਣਾਇਆ ਸੀ, ਛੋਲੇ ਬਣਾਏ, ਇਸ ਵਾਰ ਨਵੀਂ ਆਈਟਮ ਕਰਤੀ, ਬੱਚਿਆਂ ਨੇ ਗੋਲ ਗੱਪੇ ਲਗਾ ਦਿੱਤੇ। ਤੋ ਗਰਮੀ ਨੂੰ ਦੇਖਦੇ ਹੋਏ ਇਹ ਸ਼ੁਭ ਕੰਮ ਕੀਤਾ ਮਹਾਰਾਣੀ, ਇਹਨਾਂ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਬੱਚਿਆਂ ਨੂੰ ਰੱਖੇ ਔਰ ਇਹ ਇੱਦਾਂ ਹੀ ਸਹਿਯੋਗ ਕਰਦੇ ਰਹਿਣ ਔਰ ਅਸੀਂ ਵੀ ਇਹਨਾਂ ਦੇ ਨਾਲ ਸਹਿਯੋਗ ਦਿੰਦੇ ਰਹੀਏ, ਉਹ ਦਿਨ ਦੁੱਗਣੀ ਰਾਤ ਚੌਗਣੀ ਉੱਨਤੀ ਕਰਦੇ ਰਹੀਏ। ਗਰਮੀ ਨੂੰ ਦੇਖਦੇ ਹੋਏ ਵੀ ਚਲੋ ਪਿਆਸ ਬਿਲਕੁਲ ਜੀ ਆਉਂਦੇ ਜਾਂਦੇ ਰਾਹਗੀਰ ਹੈ, ਪਾਣੀ ਪੀ ਜਾਂਦੇ ਨੇ। ਹਾਂਜੀ, ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਇਹ ਕਵਰ ਕੀਤਾ ਔਰ ਛੋਟੇ ਜਿਹੇ ਉਪਰਾਲੇ ਨੂੰ ਤੁਸੀਂ ਬੜਾ ਉਪਰਾਲਾ ਬਣਾ ਕੇ ਇਹ ਸਾਰਾ ਦੁਨੀਆ ਤੱਕ ਪਹੁੰਚਾ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੀ ਨਾਮ ਹੈ ਜੀ ਤੁਹਾਡਾ? ਹਰਸ਼ਦੀਪ ਕੌਰ ਜੀ। ਅੱਜ ਇਹ ਜੋ ਛਬੀਲ ਲਗਾਈ ਗਈ ਹੈ ਅਤੇ ਗੋਲ ਗੱਪਿਆਂ ਦਾ ਵੀ ਇਹ ਲੰਗਰ ਲਗਾਇਆ ਗਿਆ, ਕੀ ਕਹਿਣਾ? ਕਹਿਣਾ ਤਾਂ ਕੁਛ ਨਹੀਂ, ਬਸ ਗਰਮੀ ਨੂੰ ਦੇਖਦੇ ਹੋਏ ਅਸੀਂ ਛਬੀਲ ਵੀ ਲਗਾਈ, ਛੋਟੇ ਛੋਟੇ ਬੱਚਿਆਂ ਨੇ ਪੈਸੇ ਇਕੱਠੇ ਕਰੇ। ਅੱਛਾ, ਹਾਂਜੀ, ਇਹ ਸਾਰੀ ਮਾਨਤਾ ਇਹ ਛੋਟੇ ਛੋਟੇ ਬੱਚਿਆਂ ਦੀ ਹੈ, ਸਭ ਤੋਂ ਅੱਗੇ ਇਹ ਹੈ। ਅੱਛਾ, ਯੁਵਰਾਜ ਬਾਲ ਦੀ, ਯੁਵਰਾਜ ਬਾਲ ਦੀ, ਵਾਹ ਵਾਹ, ਅਸੀਂ ਇਹਨਾਂ ਨਾਲ ਸਹਿਯੋਗ ਦਿੱਤਾ, ਮਦਦ ਜੀ। ਇਹ ਹਰ ਸਾਲ ਮੇਰੇ ਖਿਆਲ ਲਾਉਂਦੇ? ਹਾਂਜੀ, ਪਿਛਲੇ ਸਾਲ ਵੀ ਲਾਈ ਸੀ, ਸਾਲ ਵੀ ਲਾਈ ਸੀ ਜੀ। ਬਲਦੀ ਸਾਹਿਬ, ਇਹ ਤੁਸੀਂ ਹਰ ਸਾਲ ਲਾਉਂਦੇ ਆ? ਹਾਂਜੀ। ਅੱਛਾ, ਤੇ ਅੱਗੇ ਛਬੀਲ ਲਾਉਂਦੇ ਆ, ਐਤਕੀ ਗੋਲ ਗੱਪੇ ਵੀ ਲਾਤੇ ਹੈ? ਹਾਂ, ਤਾਊ ਨੇ ਕਿਹਾ ਤਾ ਜੀ। ਅੱਛਾ, ਤਾਊ ਨੇ ਕਿਹਾ ਜੀ, ਗੋਲ ਗੱਪੇ ਵੀ ਲਾਣੇ। ਓਕੇ ਓਕੇ, ਠੀਕ ਹੈ। ਸੋ ਪੀ ਰਹੇ ਆ ਲੋਕ? ਹਾਂਜੀ ਸਾਰੇ। ਅੱਛਾ, ਗਰਮੀ ਬਹੁਤ ਹੈ? ਬਹੁਤ ਜ਼ਿਆਦਾ, ਟੈਂਪਰੇਚਰ ਬਹੁਤ ਜ਼ਿਆਦਾ ਹੈ ਨਾ, ਵਧੀਆ ਲੱਗਦਾ ਪਾਣੀ ਪਿਲਾ ਕੇ? ਹਾਂਜੀ। ਬੀਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬੀਬੀ। ਇਹ ਬਹੁਤ ਵੱਡਾ ਉਪਰਾਲਾ, ਤੁਹਾਡੇ ਪੋਤੇ ਪੋਤੀਆਂ ਬੱਚੇ ਸਾਰੇ ਰਲ ਮਿਲ ਕੇ ਮਹੱਲੇ ਦੇ ਮਤਲਬ ਕਿ ਛਬੀਲ ਲਗਾਉਂਦੇ ਆ? ਛਬੀਲ ਲਗਾਉਂਦੇ ਆ ਜੀ, ਇਹ ਛੋਟੇ ਛੋਟੇ ਬੱਚਿਆਂ ਨੇ ਉਪਰਾਲਾ ਸ਼ੁਰੂ ਕਰਿਆ ਵਾ ਪਿਛਲੇ ਸਾਲ ਵੀ, ਅਤੇ ਇਸ ਵਾਰ ਵੀ ਛੋਟੇ ਛੋਟੇ ਬੱਚੇ ਸ਼ੁਰੂ ਹੋ ਗਏ। ਜਦ ਦੇਖਿਆ ਸਾਰਿਆਂ ਨੇ ਵੀ ਛੋਟੇ ਬੱਚੇ ਕਰ ਰਹੇ ਆ, ਸਾਰੇ ਫਿਰ ਬੜੇ ਨਾਲ ਲੱਗੇ, ਫਿਰ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹੈ। ਤਾਏ ਯੁਵਰਾਜ ਆ, ਇਹਦਾ ਤਾਇਆ ਕਹਿੰਦਾ ਵੀ ਆਪਾਂ ਗੋਲ ਗੱਪੇ ਵੀ ਲਾਉਣੇ ਆ ਨਾਲ, ਅਤੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਸਾਰੇ ਜਿੰਨੇ ਬੀਬੀਆਂ ਭੈਣਾਂ ਨੇ
ਸਾਰਿਆਂ ਦੇ ਸਹਿਯੋਗ ਸੇਵਾ ਕਰ ਰਹੀਆਂ ਨੇ ਇਹ ਸਾਰੇ ਇਹ ਮਤਲਬ ਚੌਂਕ ਦੇ ਸਾਡੇ ਉਹ ਆ ਸਾਰੇ ਸੇਵਾ ਕਰੀ ਆ ਉਹਨਾਂ ਨੇ ਇਕੱਠੇ ਹੋ ਕੇ ਉਹਨਾਂ ਨੇ ਗੋਲਗੱਪੇ ਲਾਏ ਆ ਬਹੁਤ ਗਰਮੀ ਕਰਕੇ ਹਰ ਕੋਈ ਪਾਣੀ ਪੀਂਦਾ ਹੈ ਸ਼ਬੀਲ ਦਾ ਹਾਂਜੀ ਬਾਕੀ ਟੇਸਟ ਗੋਲਗੱਪਿਆਂ ਦਾ ਵੀ ਅਲੱਗ ਹੀ ਹੈ ਹਾਂਜੀ ਹਾਂ ਉਹ ਦੇਖ ਕੇ ਅਗਲਾ ਉਹ ਹਰ ਕੋਈ ਹਾਂਜੀ ਹਾਂਜੀ ਹਰ ਕੋਈ ਖਾਂਦਾ ਫਿਰ ਉਹ ਇਹ ਨਾ ਬੱਚਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਹੋ ਰਿਹਾ ਚਲੋ ਸਾਨੂੰ ਵੀ ਸਾਰਿਆਂ ਨੂੰ ਸੇਵਾ ਦਾ ਮੌਕਾ ਮਿਲ ਗਿਆ ਹਾਂਜੀ ਹਾਂਜੀ ਅਤੇ ਕੱਲ੍ਹ ਅਸੀਂ ਅੰਮ੍ਰਿਤਸਰ ਗਏ ਤੇ ਅਸੀਂ ਇਕੱਲੇ ਵਾਪਸ ਹੋ ਗਏ ਸਾਰੇ ਕਹਿੰਦੇ ਵੀ ਕੱਲ੍ਹ ਨੂੰ ਇੱਥੇ ਤੁਸੀਂ ਜ਼ਰੂਰ ਹੋਣਾ ਚਾਹੀਦਾ ਮੈਂ ਕਿਹਾ ਠੀਕ ਹੈ ਬਾਕੀ ਸੇਵਾ ਕਰਾਂਗੇ ਅਸੀਂ ਬੱਚਿਆਂ ਦੇ ਨਾਲ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਅੱਜ ਹਾਂਜੀ ਬਾਕੀ ਸਹਿਯੋਗ ਭਾਈ ਤੇਰਾ ਅਮਰਜੀਤ ਤੂੰ ਸਾਡਾ ਹਰੇਕ ਪ੍ਰੋਗਰਾਮ ਸਾਡਾ ਕਵਰ ਕਰਦਾ ਹੈ ਸਾਰਿਆਂ ਤੱਕ ਪਹੁੰਚਦਾ ਹੈ ਤੇਰਾ ਬਹੁਤ ਬਹੁਤ ਸ਼ੁਕਰੀਆ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਇੱਕ ਉਹਦੇ ਵਿੱਚ ਇੱਕ ਲੜੀ 'ਚ ਭਰੋ ਦਿੰਦਾ ਤੂੰ ਸਾਨੂੰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰਾਨਾ ਕਿ ਛੋਟੇ ਛੋਟੇ ਬੱਚਿਆਂ ਨੇ ਸ਼ਬੀਲ ਲਗਾਈ ਹੈ ਆਉਂਦੇ ਜਾਂਦੇ ਰਾਹੀਆਂ ਨੂੰ ਜੋ ਗਰਮੀ ਨੂੰ ਦੇਖਦੇ ਹੋਏ ਆਉਂਦੇ ਜਾਂਦੇ ਰਾਹੀਆਂ ਨੂੰ ਇਹ ਸ਼ਬੀਲ ਦਾ ਮਿੱਠਾ ਪਾਣੀ ਪੀ ਕੇ ਗੋਲ ਗੱਪੇ ਖਾ ਕੇ ਆਪਣੇ ਮੂੰਹ ਦਾ ਟੇਸਟ ਵਧੀਆ ਕਰਕੇ ਆਪਣੇ ਦਿਲ ਨੂੰ ਸਕੂਨ ਮਿਲਦਾ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਸੋ ਬਹੁਤ ਵੱਡਾ ਉਪਰਾਲਾ ਜਿਵੇਂ ਜੋ ਯੁਵਰਾਜ ਬਲਦੀ ਜੀ ਨੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਬੜਾ ਧੰਨਵਾਦ ਕਰਦੇ ਹਾਂ ਹਾਂਜੀ ਸੰਜੂ ਜੀ ਇਹ ਬੱਚਿਆਂ ਨੇ ਬਹੁਤ ਵੱਡਾ ਇੱਕ ਉਪਰਾਲਾ ਗਰਮੀ ਨੂੰ ਮੁੱਖ ਰੱਖਦੇ ਆ ਹੈ ਨਾ ਆਉਂਦੇ ਜਾਂਦੇ ਰਾਹੀਆਂ ਨੂੰ ਸ਼ਬੀਲ ਲਗਾਈ ਆ ਅਤੇ ਗੋਲ ਗੱਪਿਆਂ ਦਾ ਵੀ ਲੰਗਰ ਲਗਾਇਆ ਹਾਂਜੀ ਹਾਂਜੀ ਇਹ ਛੋਟੇ ਬੱਚਿਆਂ ਦਾ ਉਪਰਾਲਾ ਦੇਖੋ ਛੋਟੇ ਬੱਚਿਆਂ ਨੇ ਮਿਹਨਤ ਕਰੀ ਸਹਿਯੋਗ ਸਾਰੀ ਮੰਡੀ ਨੇ ਦਿੱਤਾ ਇਹ ਜਿਹੜੀ ਮਿਹਨਤ ਹੈ ਉਹ ਬੱਚਿਆਂ ਦੀ ਹੈ ਜਿਹੜਾ ਪੈਸਾ ਉਹ ਮੰਡੀ ਵਾਲੇ ਦੁਕਾਨਦਾਰਾਂ ਨੇ ਸਾਰਿਆਂ ਨੇ ਇਹਨਾਂ ਨੇ ਆਪ ਵੀ ਪਾਏ ਆ ਆਪਣੀ ਜੇਬਾਂ 'ਚੋਂ ਕੱਢ ਕੇ ਜਿੰਨੇ ਜਿੰਨੇ ਵੀ ਪੈਂਦੇ ਹੈ ਸਭ ਤੋਂ ਲੈ ਕੇ ਇਹਨਾਂ ਨੇ ਪੂਰੇ ਸਹਿਯੋਗ ਨਾਲ ਮੰਡੀ ਦੇ ਸਹਿਯੋਗ ਨਾਲ ਇਹ ਕਰ ਰਹੇ ਹਾਂ ਮਿਹਨਤ ਪਰ ਬੱਚਿਆਂ ਦੀ ਹੈ ਛੋਟੇ ਬੱਚਿਆਂ ਦੀ ਹੈ ਜਿਹੜਾ ਉਪਰਾਲਾ ਉਹ ਵੀ ਉਹਨਾਂ ਦਾ ਉਹਨਾਂ ਨੇ ਇਹੀ ਕਦਮ ਚੁੱਕਿਆ ਜੇ ਉਹਨਾਂ ਨੇ ਇੱਕ ਡਿੰਗ ਪੱਟੀ ਹੈ ਤਾਂ ਰੱਬ ਨੇ ਹੋਰ ਚਾਰ ਹੋਰ ਲਵਾ ਤੀਆਂ ਹਾਂਜੀ ਬਹੁਤ ਵਧੀਆ ਸਾਨੂੰ ਵੀ ਬਹੁਤ ਖੁਸ਼ੀ ਹੈ ਪਿਛਲੇ ਸਾਲ ਵੀ ਕਰਿਆ ਅੱਜ ਫੇਰ ਕਰਿਆ ਅਤੇ ਅੱਜ ਪਾਣੀ ਦੇ ਨਾਲ ਗੋਲ ਗੱਪੇ ਵੀ ਲਗਾ ਤੇ ਹਾਂਜੀ ਅੱਗੇ ਰੱਬ ਅੱਗੇ ਹੋਰ ਕਿਰਪਾ ਕਰੇ ਹੋਰ ਵਧਾ ਦੇਣਗੇ ਹਾਂਜੀ ਬੱਚਿਆਂ ਨੇ ਆਪਣੇ ਮਤਲਬ ਦੀ ਆਈਟਮ ਵੀ ਨਾਲ ਦੇਖ ਲੈਣਾ ਵੀ ਗੋਲ ਗੱਪੇ ਬਿਲਕੁਲ 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 ਜਿਹੜੀ ਚੀਜ਼ ਬੱਚਿਆਂ ਨੂੰ ਚੰਗੀ ਲੱਗਦੀ ਹੈ ਜੀ ਪਰ ਗਰਮੀ ਦੇ ਮੌਸਮ 'ਚ ਠੰਡੇ ਗੋਲ ਗੱਪੇ ਵਧੀਆ ਲੱਗਦੇ ਜੀ ਹਾਂਜੀ ਟੈਂਪਰੇਚਰ ਵੀ 45-46 ਹੈ ਐਨ ਠੰਡਾ ਪਾਣੀ ਪੀ ਰਹੇ ਹੈ ਲੋਕ ਵਧੀਆ ਦੇਖੋ ਤੁਹਾਡੇ ਸਾਹਮਣੇ ਚੱਲ ਰਿਹਾ ਜੀ ਹਾਂਜੀ ਹਾਂ ਬਹੁਤ ਵਧੀਆ ਉਪਰਾਲਾ ਬੱਚਿਆਂ ਦਾ ਹਾਂਜੀ ਸੋ ਬੱਚਿਆਂ ਦੇ ਵੱਲੋਂ ਮੇਰਾ ਵੀ ਇਹ ਸਨਮਾਨ ਕੀਤਾ ਗਿਆ ਤਾਂ ਮੈਂ ਇਹਦੇ ਲਈ ਵੀ ਤੁਹਾਡਾ ਸ਼ੁਕਰੀਆ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਮਾਨ ਸਾਹਿਬ ਤੁਸੀਂ ਪਿਛਲੇ ਸਾਲ ਵੀ ਕਰਕੇ ਗਏ ਸੀਗੇ ਹੈ ਨਾ ਜੀ ਅਤੇ ਬੱਚੇ ਕਹਿੰਦੇ ਵੀ ਧਮਾਨ ਸਾਹਿਬ ਸਾਡੀ ਉਰੇ ਆ ਕੇ ਵੀਡੀਓ ਬਣਾਉਂਦੇ ਪੂਰੇ ਸ਼ਹਿਰ 'ਚ ਦਿਖਾਉਂਦੇ ਹਾਂ ਕਹਿੰਦੇ ਅਸੀਂ ਉਹਨਾਂ ਦਾ ਸਨਮਾਨ ਕਰਨਾ ਕਹਿੰਦੇ ਵੀ ਮੈਨੂੰ ਪੁੱਛਦੇ ਤੇ ਵੀ ਕੀ ਹੁੰਦਾ ਹੈ ਫਿਰ ਮੈਂ ਉਹਨਾਂ ਨੂੰ ਕਿਹਾ ਮਗਰ ਰਮੱਲਾ ਲੈ ਕੇ ਆਓ ਅਤੇ ਉਹਨਾਂ ਨੂੰ ਉਹਦੇ ਪਾਇਓ ਕਹਿੰਦੇ ਠੀਕ ਹੈ ਅਤੇ ਅੱਜ ਫਿਰ ਤੁਹਾਡੇ ਸਾਹਮਣੇ ਹੀ ਹੈ ਹਾਂਜੀ ਹਾਂ ਬੱਚੇ ਥੋੜ੍ਹੇ ਜਿਹਾ ਅੱਗੇ ਵਧਣ ਨੂੰ ਜ਼ਿਆਦਾ ਉਹ ਉਤਸ਼ਾਹਿਤ ਹੁੰਦੇ ਆ ਚਾਹੀਦਾ ਜੀ ਹਾਂਜੀ ਹਾਂ ਹਾਲੇ ਬੜੇ ਜਿਹੜੇ ਆ ਨਾ ਉਹ ਹਾਲੇ ਟਲ ਜਾਂਦੇ ਆ ਬੱਚਿਆਂ ਦਾ ਉਤਸ਼ਾਹ ਜ਼ਿਆਦਾ ਹੁੰਦਾ ਹਾਂਜੀ ਹਾਂ
ਹਾਂ ਜੀ ਹਾਂ, ਚਲੋ ਬਹੁਤ ਬਹੁਤ ਸ਼ੁਕਰੀਆ ਤੁਮਾਨ ਸਾਹਿਬ ਤੁਹਾਡਾ, ਤੁਸੀਂ ਹਰ ਇੱਕ ਕਵਰੇਜ ਕਰ ਰਹੇ ਹੈ, ਇਹ ਵੀ ਤੁਹਾਡਾ ਬਹੁਤ ਬੜਾ ਉਪਰਾਲਾ, ਹਰ ਇੱਕ ਛੋਟੇ ਤੋਂ ਛੋਟਾ ਇਵੈਂਟ ਬੜੇ ਤੋਂ ਬੜਾ ਇਵੈਂਟ ਹੁੰਦਾ ਜੋ ਵੀ ਹੈ ਤੁਸੀਂ ਕਵਰ ਕਰਦੇ ਹੋ, ਬਹੁਤ ਵਧੀਆ। ਹਾਂਜੀ, ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਇਹ ਧੀਮਾਨ ਚੈਨਲ ਦਿਨ ਰਾਤ ਵੱਧ ਤੋਂ ਵੱਧ ਤਰੱਕੀ ਕਰੇ। ਹਾਂਜੀ।